पूरी तेजी ना कड्डू भाई देखी ए क्या ही ना पूरी तेजी ना कड्डू भाई सब्सक्राइबर ने अपने प्रैंक करता सी जगह देखो माड़ी जी कोई नहीं आसे पासे का जल्दी चला पुटर तू बैठा गल्ला मारी जाना भाई एहो जी थां ते बंद होया ए एहो जी थां ते मेरे चैन पाई इधर गड्डी जी भी आउंदी है इक ते बंद किवें हो गया पुटर ए तीन जने पिछे खड़े जम्मा तैयार जिवे को हाथ च हुंदा उहनां दे छोटे करी फिर स्वागत है बिंग ब्रांड के घैंट जे व्लॉग दे विच यार मैनू माफ करो मैनू पता दो दिनां दे व्लॉग नहीं आ रहे हां जी चप्पलां किथे तेरी पता नहीं चप्पलां वाले कम ना कर ए दो दिन दा इत्थे ही आ ते यार जा नहीं रहा ए ता नहीं जा रहा इहनू पता जदों इत्थे आउंदा फिर स्कूल तों छुट्टी हो जांदी है ना अज भी हो गई इहदी छुट्टी अज भी छुट्टी कर ली इहने स्कूल तों मंडे ते मंडे दी छुट्टी हुंदी आ पता नहीं की बोलन मनोड़ तो की बोलया सी ते तेरी सहेली दा की नाम मोनिका क्यों मेरे पढ़ता भी असली है मैं सारा कुछ करता है जिंदगी में कितने मिली सी वो स्कूल तेरी मम्मी ने दिखावा वीडियो दिखा दो दिखाऊंगा पक्का सत्ता पॉइंट लगा ਉਹ ਤਾਂ ਹੀ ਬੋਲੀ ਜਾਂਦਾ ਨੇ ਗੱਲ ਸੁਣਾ ਵੀ ਕਰਦੇ ਨੇ ਕਿਹੜਾ ਦੇਖਣਾ ਮੈਂ ਵੀ ਸੋਚਿਆ ਮੈਂ ਕਿਹਾ ਇਹਦੀ ਉਮਰ ਚ ਸਾਨੂੰ ਇਹ ਟੈਨਸ਼ਨ ਹੁੰਦੀ ਸੀ ਕਾਪੀ ਪੂਰੀ ਕਰਨੀ ਆ ਟਿਫਨ ਦੇਤਾ ਇਹਨੂੰ ਖਾਣਾ ਪੈਣਾ ਹਾਂ ਕੱਲ ਨੂੰ ਕਾਪੀ ਕੰਪਲੀਟ ਚੈੱਕ ਵੀ ਕਰਾਉਣੀ ਸਕੂਲੇ ਜਾ ਕੇ ਤਾਂ ਡਰ ਹੁੰਦਾ ਸੀਗਾ ਉਹਨਾਂ ਘਰਦਿਆਂ ਨੂੰ ਡਰ ਨਹੀਂ ਖਾਣਾ ਮੈਂ ਸਬਜ਼ੀ ਨਹੀਂ ਖਾਂਦਾ ਹੁਣ ਬੁੱਟਰ ਨੂੰ ਆਪਾਂ ਪਿਕ ਕਰ ਲਿਆ ਹੈ ਤੇ ਯਾਰ ਹੁਣ ਆਪਾਂ ਚੱਲੇ ਆ ਕੋਈ ਮਤਲਬ ਯੰਤਰ ਰੱਖਣ ਗੱਡੀ ਵਿੱਚ ਕੋਈ ਬੇਸਬਾਲ ਕੋਈ ਘੈਂਟ ਆ ਕਿਉਂਕਿ ਬਾਈ ਕੱਲ ਮੈਂ ਤੇ ਨਾ ਬੁੱਟਰ ਤੁਹਾਨੂੰ ਪਤਾ ਆਪਾਂ ਵਲੌਗ ਬਣਾ ਨਹੀਂ ਰਹੇ ਬੇਸਬਾਲ ਤਾਂ ਕੀ ਲੈਣਾ ਤੂੰ ਸਾਡੀ ਗੱਡੀ ਸੱਪ ਆ ਉਹ ਰੱਖ ਲੈ ਯਾਰ ਜ਼ਿੰਦਗੀ ਭਰ ਲਈ ਰੱਖ ਲੈ ਕੋਈ ਵੀ ਨਹੀਂ ਆਊਗਾ ਗੱਡੀ ਦਾ ਮਜ਼ਾਕ ਨਹੀਂ ਇਹਨਾਂ ਦੀ ਗੱਡੀ 'ਚ ਸੱਪ ਆ ਗਿਆ ਗਿਆ ਕਿ ਨਹੀਂ ਉਹ ਨਹੀਂ ਵੀਰੇ ਉਹ ਤਾਂ ਰਹੀ ਪਿਆ ਹੁਣ ਉਹਨੇ ਘਰ ਬਣਾ ਲਿਆ ਨਾ ਉਹ ਕਹਿੰਦਾ ਤੁਸੀਂ ਨਵੀਂ ਗੱਡੀ ਲੈ ਲਈ ਆਂਡੇ ਉਂਡੇ ਦਊ ਉੱਥੇ ਹੁਣ ਉਹ ਕਹਿੰਦਾ ਨਵੀਂ ਗੱਡੀ ਲੈ ਲਈ ਆਲਟੋ ਗੱਡੀ ਹੁਣ ਮੇਰੀ ਆ ਤੁਸੀਂ ਇਹਨਾਂ ਦੇ ਝੱਕ ਕਿਉਂ ਨਾ ਬਾਈ ਬਹੁਤ ਟਾਈਮ ਤੋਂ ਇਹਨਾਂ ਦੀ ਗੱਡੀ 'ਚ ਸੱਪ ਆ ਇਹਨਾਂ ਨੇ ਸਵਾਹ ਵੀ ਖਿਲਾਰੀ ਸਾਈਡ ਤੇ ਵੀ ਜਦੋਂ ਹਨਾ ਉਹ ਨਿਕਲੇ ਤੁਹਾਨੂੰ ਪਤਾ ਨਿਸ਼ਾਨ ਪੈ ਜਾਣ ਉਹ ਇਹ ਤਾਂ ਗਿਆ ਹੀ ਨਹੀਂ ਹਰਸ਼ ਪ੍ਰੈਂਕ ਕੀਤਾ ਵੀਰੇ ਪ੍ਰੈਂਕ ਨਹੀਂ ਆ ਜਿਹਨੂੰ ਲੱਗਦਾ ਪ੍ਰੈਂਕ ਆ ਮੈਂ ਕਮੈਂਟ 'ਚ ਵੀ ਲਿਖਿਆ ਨਹੀਂ ਆ ਜਾਓ ਗੱਡੀ 'ਚ ਬਹਿ ਜਾਓ ਸਾਡੀ ਜਾ ਕੇ 15 ਮਿੰਟ ਗੱਡੀ 'ਚ ਬਹਿ ਜਾਓ ਲੱਗ ਜੂਗਾ ਤਾਂ ਪ੍ਰੈਂਕ ਆ ਕੀ ਹਾਂ ਮੈਨੂੰ ਪਤਾ ਕੀ ਕਮੈਂਟ ਆ ਰਹੀ ਹੈ ਪ੍ਰੈਂਕ ਨਹੀਂ ਹੈਗਾ ਸੱਚੀ ਇਹਦੀ ਗੱਡੀ ਵਿੱਚ ਸੱਪ ਚਲਾ ਗਿਆ ਸਹੀ ਗੱਲ ਆ ਵੀਰੇ ਜੋ ਨਿਕਲ ਨਹੀਂ ਰਿਹਾ ਸੀ ਆਪਦੀ ਅੱਖਾਂ ਨਾਲ ਦੇਖਿਆ ਕੈਮਰੇ ਵਿੱਚ ਨਹੀਂ ਕੈਪਚਰ ਹੋਇਆ ਚਲੋ ਹੁਣ ਕੀ ਕਰੀਏ ਯਾਰ ਉਹ ਕੈਮਰਾ ਛਾਇਆ ਪਤਾ ਨਹੀਂ ਆਉ ਸੱਪ ਸੱਪ ਨਾ ਕਿ ਜੋਗੀ ਮੰਗਣਾ ਪੈਣਾ ਵਾ ਹਾਂ ਜੋਗੀ ਦਾ ਆਪਣੀ ਕੋਈ ਉਹ ਦੇਖਦਾ ਨਹੀਂ ਪਿਆ ਯਾਰ ਹੋ ਗਿਆ ਉਹਨੂੰ ਘਟੋ ਘਟ 2 ਦਿਨ ਹੋ ਗਏ ਜੋਗੀ ਆਪੇ ਕਰਦੇ ਆ ਉਹਨੇ ਆਪੇ ਬਾਹਰ ਆਇਆ ਬਰੇ ਬੀਜ ਨਾਲੇ ਇਕੱਠੇ ਘਟੋ 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 ਕਿੰਨੇ ਇਕੱਠੇ ਹੋਏ ਨੇ ਆ जगह हुंदी आ इत्थे आ गया सी एकदम इत्थों निकल के आ गया इत्थे चलो जगह है नहीं थानू पता आल्टो च हुंदी आ ਇਦਾਂ ਬੈਠਾ ਸੀਗਾ ਕਰਕੇ ਅਸੀਂ ਸਾਈਡ ਤੇ ਹੋ ਗਏ ਟਾਕੇ ਟੁਕਿਆ ਖੋਲ ਕੇ ਸੱਪ ਇਧਰ ਆ ਜਾ ਕਹਿੰਦਾ ਪੀਪਣੀ ਦੂਰਬੀਨ ਹੁੰਦੀ ਆ ਉਹ ਭਰਾਵਾ ਹੁੰਦੀ ਆ ਉਹ ਤੁਹਾਨੂੰ ਬਈ ਨਿਸ਼ਾਨ ਦਿਖ ਰਹੇ ਹੋਣੇ ਮਾੜੇ ਮੋਟੇ ਕੀ ਚੱਕਰ ਪਿਆ ਤੁਹਾਨੂੰ ਅੱਗੇ ਜਾ ਕੇ ਦੱਸਦੇ ਇੱਕ ਵਾਰੀ ਜਾ ਕੇ ਆਪਾਂ ਬੇਸਬਾਲ ਲੈ ਕੇ ਆਈਏ ਪਹਿਲਾਂ ਆਹ ਲੈ ਲਈਏ ਬਾਈ ਹਾਂ ਹੀ ਲੈ ਲੈ ਬਾਈ ਜਿਹਦਾ ਦਿਖਿਆ ਮੂਹਰੋਂ ਠੋਕਦੀ ਬਸ ਸਿੱਧਾ ਹੀ ਠੀਕਾ ਬਾਈ ਕੋਈ ਆਹ ਲੈ ਜਾ ਬਈ ਸਟੀਲ ਦਾ ਵੀ ਹੁੰਦਾ ਹੈਗਾ टुट गया भाई पीस वापस आ भाई कहिंदा ओंदी नहीं हैगी है ओंदी नहीं सेम ही है मेरे टुटया पीस इत्थे रख जियो ते दूजे चक के लै जियो नाल दी नाल मतलब नहीं समझ लगता ਕਿਹੜਾ ਵਧੀਆ
ਆ ਲੈ ਲੈਨੇ ਆ ਭਾਈ ਜਿਹਨੇ ਕਿਹਾ ਤਾਂ ਆ ਦੇਖੋ ਜਿਆਦਾ ਘੈਂਟ ਆ ਮਤਲਬ ਦਾ ਰੰਗ ਜਾ ਵੀ ਸਹੀ ਆ ਹਨਾ ਜਿਹੜੇ ਬੰਦੇ ਦੇ ਪੈਣਾ ਵਾ ਨਾ ਉਹਨੂੰ ਮਤਲਬ ਇੱਜ਼ਤ ਮਾਣ ਫੁੱਲ ਮਿਲੇ ਸਰ ਤੋਂ ਭੁੱਲ ਜਾਣੀ ਉਹਦੀ ਇੱਕ ਵੀ ਪੈ ਗਿਆ ਉਹਦਾ ਕੀ ਚੱਕਰ ਯਾਰ ਮਜ਼ਾਕ ਤੋਂ ਹਟ ਕੇ ਬਹੁਤ ਲੋੜ ਆ ਚੀਜ਼ਾਂ ਦੀ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਣਾ ਹੁੰਦਾ ਕੱਲ ਹੋ ਵੀ ਗਿਆ ਸੀਗਾ ਹਾਂ ਜੇ ਅਸੀਂ ਗੱਡੀ ਰੋਕ ਲੈਂਦੇ ਤਾਂ ਕੁੰਡਾ ਹੋ ਗਿਆ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਤਾਂ ਕਰਕੇ ਇਹ ਲਿਆ ਨਹੀਂ ਸਾਨੂੰ ਕੋਈ ਲੋੜ ਨਹੀਂ ਤਾਂ ਉਹ ਉਹ ਪਲਾਵਾਸ ਮੁੰਡੇ ਆ ਨੂੰ ਵੀ ਤਾਂ ਖੇਡਦਾ ਹੁੰਦਾ ਸੀ ਨਾ डोरी मुन खराब हो जाता कुछ हों रिपेयर करा जांसी च नहीं बैटरी बना फिर हां ਲੱਗੇ ਪਤਾ ਉਹ ਸਾਇੰਟਿਸਟ ਬਣ ਜਾਂਦਾ ਹੁੰਦਾ ਨੋਵਿਤਾ ਭੈਣ ਹੁੰਦੀ ਡੋਰੀ ਮੀ ਉਹਨੂੰ ਫੋਨ ਲਾਉਂਦਾ ਵਾ ਐਵੇਂ ਪੱਲਿਓ ਨਹੀਂ ਮੋਣੀ ਸਟੋਰੀ ਡੋਰੀ ਮੋਨ ਨੂੰ ਇਦਾਂ ਹੁੰਦਾ ਡੋਰੀ ਮੋਦੀ ਯਾਰ ਬੈਟਰੀ ਖਤਮ ਹੋ ਜਾਂਦੀ ਆ ਫਿਰ ਨੋਵਿਤਾ ਉਹ ਇੱਕ ਸਾਇੰਟਿਸਟ ਬਣ ਜਾਂਦਾ ਤੇ ਫਿਰ ਉਹ ਬੈਟਰੀ ਬਣਾਉਂਦਾ ਉਹਦੀ ਇਹ ਆ ਅਸਲੀ ਤੇ ਬਾਈ ਨੇ ਮੈਨੂੰ ਕੰਪਲੀਮੈਂਟ ਦਿੱਤਾ ਬਾਈ ਕਹਿੰਦਾ ਵੀ ਤੂੰ ਨਾ ਵਧੀਆ ਲੱਗਦਾ ਅਸਲ ਚ ਅਰਸ਼ ਨੂੰ ਚਾਹ ਚੜ ਗਿਆ ਸੁਣ ਕੇ ਵਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਥੈਂਕ ਯੂ ਯਾਰ ਬਾਈ ਹੁਣੀ ਉਧਰ ਪਾਸੇ ਸੀ ਫੁੱਟ ਪਾਕ ਦੇ ਹਾਂ ਉਧਰ ਪਾਹੀ ਬਾਈ ਹੁਣੀ ਦੇਖ ਕੇ ਉਧਰ ਟਪਾੜੂ ਕੇ ਲੈ ਆਏ ਧੰਨਵਾਦ ਬਾਈ ਇਹੀ ਪਿਆਰ ਹੁੰਦਾ ਪਰ ਟੱਕਰ ਗਿਆ ਗੁੱਸਾ ਚੜ ਗਿਆ ਨਾਲ ਹੀ ਬਟਾਲਿਆ ਕਰਨਾ ਦੇਖੋ ਬਾਈ ਬੁੱਟਰ ਪੂਰਾ ਬੇਲੀ ਆ ਬੇਲੀ ਗਿਆ ਯਾਰ ਯਾਰ ਬੇਲੀ ਮਤਲਬ ਯਾਰ ਬੇਲੀ ਆ ਬੇਲੀ ਬੇਲੀ ਥੋੜੀ ਕਿਹਾ ਤੇ ਯਾਰ ਇਹੀ ਚੱਕਰ ਜਾ ਪੈ ਗਈ ਕੱਲ ਮੈਂ ਤੇ ਬੁੱਟਰ ਤੇ ਅਮਨ ਆ ਰਹੇ ਸੀਗੇ ਮੋਗੇ ਤੋਂ ਇੱਧਰ ਨੂੰ ਆਪਾਂ ਵਲੌਗ ਵੀ ਨਹੀਂ ਬਣਾਇਆ ਕੱਲ ਕੋਈ ਜੇ ਬਣਾਇਆ ਹੁੰਦਾ ਫਿਰ ਆਪਾਂ ਕੈਪਚਰ ਕਰਦੇ ਕੱਲ ਮੂਡ ਨਹੀਂ ਸੀ ਵਲੌਗ ਲੋਗ ਦਾ ਕੱਲ ਬਸ ਸਵਾਦ ਲੈਂਦਾ ਦਿਨ ਸੀਗਾ ਤੇ ਆ ਰਹੀ ਰਾਤ ਹੋ ਗਈ ਸੀ ਜ਼ਿਆਦਾ ਮਤਲਬ ਇੱਕ ਜਣਾ ਜਿਵੇਂ ਮੂਰੇ ਖੜਾ ਤਿੰਨ ਜਣੇ ਪਿੱਛੇ ਖੜੇ ਜਮਾਂ ਤਿਆਰ ਜਿਵੇਂ ਕੋ ਹੱਥ 'ਚ ਹੁੰਦਾ ਉਹਨਾਂ ਦੇ ਸਾਨੂੰ ਯਾਰ ਕਨਫਰਮ ਨਹੀਂ ਹੈਗਾ ਫਿਰ ਦੁਬਾਰਾ ਕਹਿ ਰਹੇ ਹੋ ਕਿ ਸਾਡੇ ਕਿਹੜਾ ਉਹਨਾਂ ਨੇ ਮਾਰੇ ਆ ਜੇ ਸਾਨੂੰ ਕਿਹੜਾ ਉਹਨਾਂ ਨੇ ਮਾਰੇ ਉਹਨਾਂ ਦੇ ਹੱਥ 'ਚ ਬੱਟੇ ਸੀਗੇ ਪਤਾ ਨਹੀਂ ਪਤਾ ਨਹੀਂ ਆਂਡੇ ਸੀਗੇ ਤੇ ਜਦੋਂ ਇਹ ਅੱਗੇ ਲੰਗੇ ਨਾ ਇੱਕ ਦੋ ਵੱਜੇ ਉਦੋਂ ਬਾਅਦ ਅੱਗੇ ਦੇਖਿਆ ਫਿਰ ਮੋਟਰਸਾਈਕਲ ਦੇ ਦੋ ਤਿੰਨ ਬੰਦੇ ਖੜੇ ਫਿਰ ਮੈਨੂੰ ਉਧਰ ਰਿਅਲਾਈਜ਼ ਹੋਇਆ ਮੈਂ ਕਿਹਾ ਬਾਏ ਚਾਂਸ ਕੋਈ ਨਾ ਹੁੰਦਾ ਇੱਥੇ ਤੇ ਮੂਹਰੇ ਲਾ ਲੈਂਦੇ ਜਾਂ ਕੁਛ ਵੀ ਯਾਰ ਤੈਨੂੰ ਪਤਾ ਕੋਈ ਵੀ ਅੱਜ ਕੱਲ੍ਹ ਕੋਈ ਵੀ ਚੀਜ਼ ਕਰ ਸਕਦਾ ਕਿਹੜਾ ਪਤਾ ਲੱਗਦਾ ਪੰਜਾਬ ਆ ਇਹ ਤੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਸਾਡੇ ਕੋਲ ਕੁਛ ਵੀ ਨਹੀਂ ਸੀ ਮਤਲਬ ਬੱਟਾ ਬੁੱਟਾ ਵੀ ਨਹੀਂ ਸੀ ਗੱਡੀ 'ਚ ਬਹੁਤ ਵਾਰੀ ਸੋਚਿਆ ਕਿ ਗੱਡੀ 'ਚ ਕੋਈ ਚੀਜ਼ ਰੱਖੀਏ ਨਾ ਐਂ ਯਾਰ ਬਸ ਇਹ ਕਢਾਪਾ ਇਹ ਬਦਮਾਸ਼ੀ ਲਈ ਰੱਖਿਆ ਆਪਦੀ ਸੇਫਟੀ ਲਈ ਯਾਰ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਰੱਖਣੀਆਂ ਬਾਈ ਚਾਂਸ ਯਾਰ ਕਈ ਵਾਰ ਪ੍ਰੋਬਲਮ ਹੋ ਜਾਂਦੀ ਆ ਘਰ ਦੇ ਨਾਲ ਹੁੰਦੇ ਆ ਸਹੀ ਗੱਲ ਆ ਘਰ ਦੇ ਨਾਲ ਆਪਣਾ ਸਰ ਜਾਂਦਾ ਫਿਰ ਤਾਂ ਮੈਂ ਯਾਰ ਇਹਦੇ ਵਿੱਚ ਥੋੜਾ ਸਮਾਨ ਸਮੂਹ ਰੱਖਦਾ ਹੁੰਦਾ ਵਾ ਸੇਫਟੀ ਵਾਲਾ ਪਰ ਉਹ ਐਡੀ ਗਾਟਰ ਸੇਫਟੀ ਨਹੀਂ ਹੁੰਦੀ ਸਮਝ ਗਏ ਉਹਨਾਂ ਤਾਂ 302 ਹੀ ਪੈਸਾ ਆਦੀ ਐ ਐਡੀ ਇੰਨੀ ਸੇਫਟੀ ਹੁੰਦੀ ਆ ਉਹ ਦੂਜੀ ਸੇਫਟੀ ਆ ਬਾਈ 302 ਮਟਰ ਮੈਨੂੰ ਪਤਾ ਜੇ ਉਹ ਗਲਤੀ ਨਾਲ ਵੱਜ ਜਾਵੇ ਫਿਰ ਉਹ ਖਤਮ ਹੀ ਆ ਤਾਂ ਕਰਕੇ ਆਪਾਂ ਉਹ ਨਹੀਂ ਛੇੜਦੇ ਕਿਉਂਕਿ ਇੰਨੀ ਇੰਨਾ ਮੈਂ ਨਹੀਂ ਚੱਲ ਸਕਦਾ ਗਾ ਬਾਈ ਉਹਨੂੰ ਪਤਾ ਫਿਰ ਉਹਦੀ ਮਾਰ ਪਿੱਛੇ ਨੂੰ ਜ਼ਿਆਦਾ ਹੁੰਦੀ ਆ ਕਿਉਂ ਬਾਕੀ ਹਾਂ ਵੀ ਛੱਡ ਕੇ ਆਈਏ ਉਹ ਕੱਚਾ ਜਾਓਗੇ ਕਹਿੰਦਾ ਉਹ ਕੱਚਾ ਕਹਿੰਦਾ ਹਾਂ ਛੱਡ ਦੋ ਕਹਿੰਦਾ ਲੈ ਬਣਾ ਲੈ ਕਹਿੰਦਾ ਮੈਂ ਵੀਡੀਓ ਬਣਾਉਣੀ ਮੈਨੂੰ ਛੱਡ ਕੇ ਨਾ ਹੁਣ ਦੇਖੋ ਇਹਦੀ ਲੋਕ ਅਸਲ ਦਾ ਕਿਉਂ ਬੁੱਢੇ ਤੇ ਰੱਖ ਲੈ ਇਹਨੂੰ ਓਏ ਫੁੱਲ ਬਦਮਾਸ਼ੀ ਕਰਦੇ ਆ ਸ਼ਹਿਰ ਦਾ ਅੱਜ ਆਪਾਂ ਬਦਮਾਸ਼ੀ ਕਰਦੇ ਆ ਪੂਰੀ ਬਦਮਾਸ਼ੀ ਬਹੁਤ ਮਾਸ਼ੀ ਹੁਣ ਦੱਸ ਕਿਵੇਂ ਲੱਗਿਆ ਬੁੱਢ ਤੈਨੂੰ ਵਧੀਆ ਲੱਗਿਆ ਤੇ ਹੁਣ ਆਪਾਂ ਚੱਲਿਆ ਨਾਨਕ ਸਰ ਉੱਥੇ ਬਰਸੀ ਚੱਲ ਰਹੀ ਆ ਤੇ ਬੁੱਟਰੇ ਨੂੰ ਕਰਦੇ ਆ ਅੰਦਰ ਪਹਿਲਾਂ ਤਾਂ ਇਹਨੂੰ ਜਾਣੂ ਬਾਈ ਇਹਨੂੰ ਸਾਈਡ ਤੇ ਕਰਦੇ ਉਹਨੂੰ ਸਾਧਨ ਨਹੀਂ ਫਾਲਿਆ ਫਿਰ ਕੰਫਿਊਜ਼ ਹੋਈਦਾ ਹਨਾ ਕਿਹੜਾ ਸਾਧਨ ਅੰਦਰ ਕਰਨਾ ਕਿਹੜਾ ਬਾਹਰ ਰੱਖਣਾ ਉਹ ਫਿਰ ਪੈਸਾ ਹੀ ਬਾਲਾ ਕੀ ਕਰੀਏ ਉਹਨੂੰ ਬਲੈਕ ਇੰਨੀ ਕਰ ਲਈ ਆ ਇੰਨੀ ਕਰ ਲਈ ਆ ਇਹਨੂੰ ਤਾਂ ਪਹਿਲਾਂ ਪਰੇ ਕਰ ਇਹ ਗਾੜੀ ਨਹੀਂ ਹੈ ਇਹ ਗਾੜੀ ਹੈ ਇਹ ਗਾੜੀ ਹੈ ਭਾਈ ਹਮਾਰੇ ਬਿਹਾਰ ਮੇਂ ਇਸਕੋ ਗਾੜੀ ਬੋਲਤੇ ਹੈ ਜਿਹੜੇ ਮੋਟਰਸਾਈਕਲ ਜਿਹਾ ਐਕਟਿਵਾ ਹੁੰਦੀ ਆ ਉਹਨੂੰ ਕਈ ਸਟੇਟ ਵਿੱਚ ਗੱਡੀ ਕਿਹਾ ਜਾਂਦਾ ਹਾਂ ਗਾੜੀ ਗਾੜੀ ਸੇ ਚਲਤੇ ਹੈ ਮਹਾਰਾਸ਼ਟਰ ਚ ਵੀ ਇਹ ਕਿਹਾ ਜਾਂਦਾ ਹਾਂ ਮੋਸਟਲੀ ਕਹਿੰਦੇ ਆ ਜਿਵੇਂ ਲਾ ਦੇ ਕਿ ਜਿਹੜੇ ਜ਼ਿਆਦਾ ਹਿੰਦੀ ਬੋਲਦੇ ਆ ਉਹ ਕਹਿੰਦੇ ਆ ਗਾੜੀ ਅੱਛਾ ਆਪਣੇ ਤਾਂ ਇਹਨੂੰ ਹੀ ਕਹਿੰਦੇ ਆ ਗੱਡੀ ਸਾਡੇ ਤਾਂ ਇਹਨੂੰ ਹੀ ਕਹਿੰਦੇ ਆ ਨਹੀਂ ਤਾਂ ਮੈਂ ਸੋਚ ਰਿਹਾ ਵੀ ਜਿਹੜੀ ਆਹ ਗ੍ਰਿਲ ਆ ਇਹ ਮੈਂ ਚੇਂਜ ਕਰਾਵਾਂ ਤੇ ਡੈਡੀ ਸਾਈਡ ਤੇ ਖੜੇ ਆ ਕੋੜਾ ਕੋੜਾ ਝਾਕ ਰਹੇ ਆ ਜਲੂਸ ਕਢਾਊਗਾ ਹੁਣ ਦੁਬਾਰਾ ਡੈਡੀ ਕਹਿੰਦਾ ਚੰਡਣਾ ਖਾਲੀ ਮੇਥੋਂ ਉੱਪਰੋਂ ਤਾਂ ਬਿਲਕੁਲ ਸਹੀ ਲੱਗਦੀ ਜਦੋਂ ਮਾੜੀ ਥੱਲੋਂ ਦੇਖੀਏ ਨਾ ਤਾਂ ਉਹ ਦਿਖਦੀਆਂ ਨੇ ਲਾਈਟਾਂ ਕਾਰੀਗਰ ਨਕਲੀ ਸੀਗੇ ਹੁਣ ਆਪਾਂ ਚੱਲੇ ਆ ਨਾਨਕ ਸਾਹਿਬ ਉੱਥੇ ਜਾ ਨਹੀਂ ਸਕਦੇ ਗੱਡੀ ਤੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਉੱਥੇ ਤਾਂ ਗੱਡੀ ਲਾਉਂਦੀ ਤਾਂ ਯਾਰ ਜਗ੍ਹਾ ਹੋਣੀ ਨਹੀਂ ਜੇ ਰੱਬ ਸੁੱਖ ਰੱਖੇ ਆਪਾਂ ਵੱਡੀ ਗੱਡੀ ਲਈ ਤਾਂ ਯਾਰ ਆਪਣੋ ਆਹ ਤੜਾਉਣਾ ਪੈਣਾ ਆਹ ਸਹੀ ਨਹੀਂਗਾ ਗੱਡੀ ਆ ਬਹੁਤ ਮਸਾਂ ਲੱਗਦੀ ਆ ਇੱਥੇ ਪਰ ਹੁਣ ਤਾਂ ਚਲੋ ਅੱਤ ਪੈ ਗਈ ਪਹਿਲਾਂ ਤਾਂ ਬਹੁਤ ਔਖਾ ਹੁੰਦਾ ਸੀ ਮੈਨੂੰ
ਦੇਖਿਓ ਕਿਵੇਂ ਜਾਗ ਰਹੀ ਆ ਦੂਰੋਂ ਹੀ ਪਤਾ ਲੱਗਦਾ ਉਹ ਆ ਗਈ ਗੱਡੀ ਹੁਣ ਬਾਈ ਚੱਲੇ ਆਪਾਂ ਨਾਨਕ ਸਰ ਤੇ ਮੇਰਾ ਦਿਲ ਸੀ ਕਿ ਮੈਂ ਸਕੂਟਰੀ ਲੈ ਕੇ ਜਾਵਾਂ ਕਿਉਂਕਿ ਰੋਲਾ ਜਿਹਾ ਬਾਹਲਾ ਪਾਉਂਦਾ ਹੁਣ ਆਪਾਂ ਇਹਨੂੰ ਹੀ ਲੈ ਕੇ ਚੱਲਦੇ ਹਾਂ ਤੇ ਇੱਕ ਵਾਰੀ ਸਾਹਿਬ ਨਾਲ ਪਹਿਲਾਂ ਸਟਾਰਟਿੰਗ 'ਚ ਲੈ ਕੇ ਗਏ ਸੀ ਆਪਾਂ ਨਾਨਕ ਸਰ ਤੇ ਹੁਣ ਦੁਬਾਰਾ ਇਹਨੂੰ ਬਰਸੀ 'ਤੇ ਲੈ ਕੇ ਜਾਵਾਂਗੇ ਅਤੇ ਆਪਣਾ ਗਾਣਾ ਵੀ ਵਿਦਇਨ 2 ਜਾਂ 3 ਡੇਜ਼ ਦੇ ਵਿੱਚ ਰਿਲੀਜ਼ ਹੋ ਜਾਣਾ ਤਾਂ ਉਹਨੂੰ ਵੀ ਪਲੀਜ਼ ਸਪੋਰਟ ਕਰਿਓ ਅਤੇ ਤੁਸੀਂ ਯਾਰ ਬਹੁਤ ਜ਼ਿਆਦਾ ਮੈਨੂੰ ਨਾ ਮੈਸੇਜ ਕਰ ਦਿਓ ਜਿੱਦਾਂ ਵੀ ਮੈਂ ਵਲੋਗ ਨਹੀਂ ਪਾਉਂਦਾ ਪਲੀਜ਼ ਯਾਰ ਸਮਝ ਆਇਆ ਕਰੋ ਮੇਰੀ ਕੋਈ ਮਜਬੂਰੀ ਹੁੰਦੀ ਹੈ ਨਹੀਂ ਮੇਰਾ ਵੀ ਦਿਲ ਕਰਦਾ ਹੁੰਦਾ ਕਿ ਮੈਂ ਵਲੋਗ ਡੇਲੀ ਪਾਵਾਂ ਪਰ ਬਹੁਤ ਜਲਦੀ ਹੁਣ ਮੈਂ ਇੱਕ ਚੈਲੰਜ ਕਰਨ ਲੱਗਾ ਵਾਂ 75 ਹਾਰਡ ਚੈਲੰਜ ਜਿਹਨਾਂ ਨੂੰ ਪਤਾ ਵਾ ਨਾ ਬਈ ਕਮੈਂਟ ਕਰੋ ਕਿ ਮੈਂ ਉਹ ਚੈਲੰਜ ਕਰਾਂ ਕਿ ਨਾ ਕਰਾਂ 75 ਹਾਰਡ ਚੈਲੰਜ ਬਹੁਤ ਮੁਸ਼ਕਿਲ ਹੋਣ ਵਾਲਾ ਸੀਰੀਅਸਲੀ ਉਹ ਬਟ ਮੈਂ ਟਰਾਈ ਕਰਨੀ ਚਾਹੁੰਦਾ ਟਰਾਈ ਨਹੀਂ ਆਫਕੋਰਸ ਮੈਂ ਕਰਨਾ ਹੀ ਚਾਹੁੰਦਾ ਉਹਨੂੰ ਹਾਂਜੀ ਆਪਣੇ ਗਾਣੇ ਦਾ ਨਾਮ ਦੱਸ ਦੇ ਕੀ ਆ ਆਪਣੇ ਗਾਣੇ ਦਾ ਨਾਮ ਆ ਹਰ ਨੇਮ ਕਿਉਂ ਕਿਉਂਕਿ ਕੁੜੀ ਦੇ ਗਾਣਾ ਆ ਬਹੁਤ ਸੋਹਣਾ ਗਾਣਾ ਆ ਵੀਰੇ ਪਤਾ ਮੈਂ ਨਹੀਂ ਭੁੱਲਦਾ ਬ੍ਰੋ ਆ ਤੂੰ ਹੀ ਤਾਂ ਸੁਣੀਦਾ ਵਾ ਵੀਰੇ ਮੈਂ ਤਾਂ ਚਾਹੁੰਦਾ ਕਿਦੋਂ ਆਵੇ ਠੀਕ ਆ ਫਿਰ ਮੈਂ ਵੀਡੀਓ ਬਣਾਵਾ ਸਹੀ ਗੱਲ ਆ ਮੈਂ ਤਾਂ ਆਪ ਰੀਲਾਂ ਵਗੈਰਾ ਜਿਹੜੀਆਂ ਫੋਟੋਆਂ ਵਗੈਰਾ ਸਾਰੀਆਂ ਸੇਵ ਕਰਕੇ ਰੱਖੀਆਂ ਤਾਂ ਪਤਾ ਨਹੀਂ ਗਾਣਾ ਪਾਉਂਦੇ ਨਹੀਂ ਮੈਨੂੰ ਲੱਗਦਾ ਮੈਨੂੰ ਲੀਕ ਕਰਨਾ ਬੜਾ ਹੀ ਨਾ ਗਾਣਾ ਬੁੱਟਰ ਉਹਦੇ ਚੈਨਲ ਤੇ ਫੋਟੋ ਮੈਂ ਬਣਾਣਾ ਮੰਗਾ ਲਈ ਸਾਰੇ ਗਾਣੇ ਹਾਂ ਮੈਂ ਲੀਕ ਕਰੂੰਗਾ ਇਕੱਲੇ ਇਕੱਲੇ ਬੁੱਟਰ ਕਹਿੰਦਾ ਇੱਕ ਇੱਕ ਕਰਕੇ ਸਾਰੇ ਪਾ ਦੇਣਾ ਤੁਹਾਡੇ ਗਾਣੇ ਮੈਨੂੰ ਤਾਂ ਕਿਉਂ ਲੱਗਦਾ ਯਾਰ ਬੁੱਟਰ ਤਾਂ ਗੋਰੀਆਂ 'ਚ ਬਹਿ ਕੇ ਸੁਣ ਫਿਰ ਗੋਰੀਆਂ 'ਚ ਬਹਿ ਕੇ ਫਿਰ ਐਂ ਪਾਇਆ ਕਰੂੰਗਾ ਵਧੀਆ ਨਾ ਉਹ ਤੁਹਾਡੇ ਉਹਨਾਂ ਨੇ ਐਂ ਗਾਣੇ ਪਾਇਆ ਕਰੂੰਗਾ ਵਧੀਆ ਚੱਲਿਆ ਕਰਨਗੇ ਵਾਇਰਲ ਹੋਇਆ ਕਰਨਗੇ ਆ ਦੇਖੋ ਬਾਈ ਬੁੱਟਰ ਕਿਹੜੇ ਰੋਡ ਫਰੀ ਲੈ ਆਇਆ ਸਾਨੂੰ ਇੱਧਰ ਪਤਾ ਨਹੀਂ ਕੀ ਕੁਝ ਹੋਣਾ ਹੁਣ ਕੋਈ ਸਾਡਾ ਫੋਨ ਖੋ ਕੋਈ ਸਾਡੀ ਗੱਡੀ ਜਿਹਨਾਂ ਬੇਸਬਾਲ ਰੱਖਿਆ ਸੀਗਾ ਹੁਣ ਬੁਲਟ 'ਚ ਵੀ ਰੱਖਿਆ ਹੈ ਬੁਲਟ ਤੇ ਬੇਸਬਾਲ ਨਹੀਂ ਹੈਗਾ ਆਪਣੇ ਕੋਲੇ ਅਗਲੇ ਅਗਲੇ ਕੋਲੇ ਕਰਜ਼ਾ ਹੁੰਦੀਆਂ ਨੇ ਓਏ ਵਾਹਿਗੁਰੂ ਬੇਸਬਾਲ ਦੀ ਕੋ ਕਰਦੇ ਹੁੰਦਾ ਹਮਨੇ ਇੱਥੇ ਤੱਕ ਭੀੜ ਲੱਗੀ ਹੋਈ ਆ ਬਾਈ ਦੇਖ ਲੈ ਹੁਣੀ ਮੈਂ ਨਹੀਂ ਚਲਾ ਸਕਦਾ ਉਧਰ ਜਾ ਉਧਰ ਜਾ ਬਹੁਤ ਔਖਾ ਦੇਖ ਲੈ ਬਾਈ ਡੀਲ ਕਰ ਲੈ ਮੇਰੇ ਨਾਲ ਦੇਖੋ ਬਾਈ ਇਹ ਹਜੇ ਬਾਹਰ ਤੱਕ ਆ ਉਹਦੇ ਤੱਕ ਉੱਥੋਂ 2 ਕਿਲੋਮੀਟਰ ਆ ਮੇਰਾ ਭਰਾ ਲੱਗਦਾ ਕਿ 2 ਕਿਲੋਮੀਟਰ ਤੱਕ ਦੂਰ ਆ ਲੈ ਮੈਂ ਤੂੰ ਕਹੇਗਾ ਮੈਂ ਮੋੜ ਵੀ ਲਾਉਂਗਾ ਤੇ ਆਪਣੇ ਭਰਾ ਦੀ ਗੱਲ ਮੈਂ ਮੰਨਦਾ ਵਾਂ ਹਨਾ ਚਲੋ ਭਰਾ ਮੋੜ ਲੋ ਬਾਈ ਰਹਿਣਾ ਹੀ ਮੋੜਦਾ ਵਾਂ ਬਾਈ ਹੋਰ ਕੋਈ ਹੱਲ ਹੈ ਹੀ ਨਹੀਂ ਕਰੋ ਬਾਈ ਸਾਰੇ ਦਰਸ਼ਨ ਦੇ ਨਾਲ ਜੋੜਦੇ ਆ ਅਸਲ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਵਿੱਤਰ ਉਸ ਸੰਦੇਸ਼ ਤੇ ਉਹ ਵਾਲੀ ਬਾਤ ਮੰਨਦੇ ਆ ਉਹ ਕਹਿੰਦਾ ਜਿਹੜੇ ਮਨੁੱਖ ਮਾਂ ਪਿਓ ਜਾਂ ਸਮਾਜ ਜਾਂ ਉਹਦਾ ਟੀਚਰ ਜਿਹੜਾ ਉਹਨੂੰ ਗੁਰੂ ਵੱਲ ਦੁੱਤੇ ਉਹਨੂੰ ਗੁਰੂ ਵੱਲ ਤੋੜੇ ਫਿਰ ਗੁਰੂ ਵੱਲ ਤੁਰ ਕੇ ਮਨੁੱਖ ਜਿਹੜਾ ਆ ਉਹ ਕਦੇ ਹਾਰ ਨਹੀਂ ਖਾਂਦਾ ਪਰ ਸਾਡੀ ਕਈ ਵਾਰੀ ਲੱਛਣ ਆਇਆ ਕਿ ਭਾਈ ਇਹੋ ਜਿਹੀ ਥਾਂ ਤੇ ਬੰਦ ਹੋਇਆ ਇਹੋ ਜਿਹੀ ਥਾਂ ਤੇ ਮੇਰੇ ਚੈਨ ਪਾਈ ਇਧਰ ਗੱਡੀ ਹੀ ਵੀ ਆਉਂਦੀ ਹੈ ਇੱਕ ਤੇ ਬੰਦ ਕਿਵੇਂ ਹੋ ਗਿਆ ਪੁੱਟ ਰਹੇ ਬੰਦ ਕਿਵੇਂ ਦੇਖ ਮੜਿਆ ਤੂੰ ਬੱਤੀ ਬੁੱਤੀ ਤਾਂ ਨੀ ਬੰਦ ਹੋਣੇ ਕਰਤੀ ਬਾਈ ਸਬਸਕ੍ਰਾਈਬਰਾਂ ਨੇ ਆਪਣੇ ਤੇ ਪ੍ਰੈਂਕ ਕਰਤਾ ਸੀ ਜਗ੍ਹਾ ਦੇਖੋ ਮਾੜੀ ਜੀ ਕੋਈ ਨੀ ਆਸੇ ਪਾਸੇ ਹੈਗਾ ਜਲਦੀ ਚਲਾ ਪੁੱਟ ਰਹਾ ਤੂੰ ਬੈਠਾ ਗੱਲਾਂ ਮਾਰੀ ਜਾਂਦਾ ਕਹਿੰਦਾ ਕੀ ਕਹਿੰਦੇ ਨਿਕਲ ਰਿਹਾ ਬਾਈ ਭੋਰਾ ਜਗ੍ਹਾ ਨੀ ਹੈਗੀ ਇੱਥੇ ਮਤਲਬ ਮੇਰਾ ਤੁਹਾਨੂੰ ਫਲੈਸ਼ ਕਰਕੇ ਮਾੜਾ ਮੋਟਾ ਦਿਖਦਾ ਹੋਣਾ ਤੁਹਾਨੂੰ ਅੱਖਾਂ ਨਾਲ ਕੁਛ ਨੀ ਦਿਖਦਾ ਆਸੇ ਪਾਸੇ ਸੱਪ ਸੁੱਪ ਬਹੁਤ ਹੁੰਦੇ ਇੱਥੇ ਸਬਸਕ੍ਰਾਈਬਰਾਂ ਨੇ ਪ੍ਰੈਂਕ ਕਰਤਾ ਪ੍ਰਭਾ ਹੁਣ ਹੁਣੇ ਕੀਤਾ ਥੋੜਾ ਟਾਈਮ ਤਾਂ ਲੱਗੂਗਾ ਜੀ ਉਹ ਕੱਢ ਲੈ ਇੱਕ ਵਾਰੀ ਉਹ ਕੱਢ ਹਾਂ ਬਸ ਬਸ ਇੰਨੀ ਨਾ ਕੱਢਿਆ ਕਰ ਵਾਹਿਗੁਰੂ ਉਹ ਪੂਰੀ ਤੇਜ਼ੀ ਨਾਲ ਕੱਢੂ ਬਾਈ ਦੇਖੀ ਤੇ ਕਿਹਾ ਸੀ ਨਾ ਪੂਰੀ ਤੇਜ਼ੀ ਨਾਲ ਕੱਢੂ ਇਹਨਾਂ ਨੂੰ ਮੈਂ ਕਹਿੰਦੇ ਅਸੀਂ ਚੋਰ ਐਡੇ ਐਡੇ ਪੱਗਾਂ ਬੰਨੀਆਂ ਯਾਰ ਸਾਡੇ ਬੂਟਰਿਆਂ ਨਾਲ ਮੇਰਾ ਮਜ਼ਾਕ ਜਾਣਾ ਕਰ ਬਸ ਬਾਈ ਯਾਰ ਆ ਗਿਆ ਗਏ ਲੱਗ ਜੂ ਬਾਈ ਹੁਣ ਟੱਕਾ ਯਾਰ ਉਧਰ ਬਹਿ ਜਾਂਦੇ ਆ ਗਿਆ ਬਾਈ ਆ ਗਿਆ ਬਾਈ ਬਾਈ ਮੇਰੇ ਅੱਗੇ ਉਹਨੇ ਆਪਣੀ ਹੈਲਪ ਕਰਤੀ ਹੋਈ ਆ ਇੱਥੇ ਬਾਈ ਇੱਕੋ ਦਮ ਪਤਾ ਨਹੀਂ ਕੀ ਹੋਇਆ ਯਾਰ ਇਹਨੂੰ ਇੱਕੋ ਦਮ ਚੱਲਦਾ ਚੱਲਦਾ ਬੰਦ ਹੋ ਗਿਆ ਉਹ ਵੀ ਇਹੋ ਜਿਹੀ ਥਾਂ ਤੇ ਜਿੱਥੇ ਮਤਲਬ ਕੋਈ ਪਰਿੰਦਾ ਵੀ ਭਰ ਨਹੀਂ ਮਾਰਦਾ ਤੁਹਾਨੂੰ ਪਤਾ ਉੱਥੇ ਮੈਂ ਉਹਨੂੰ ਕਹੀ ਪਾਰਕਿੰਗ ਵਿੱਚ ਖੜਾ ਦੇ ਪਰ ਇਹ ਮੰਨਿਆ ਨਹੀਂ ਕਹਿੰਦਾ ਨਹੀਂ ਅਸੀਂ ਵਿੱਚ ਅਸੀਂ ਪਾਰਕਿੰਗ ਵਿੱਚ ਖੜਾਇਆ ਤਾਂ ਨਹੀਂ ਕਿਉਂਕਿ ਭੀੜ ਬਹੁਤ ਸੀ ਰਸ਼ ਜ਼ਿਆਦਾ ਸੀਗਾ ਤਾਂ ਕਰਕੇ ਪਾਰਕਿੰਗ ਵਿੱਚ ਖੜਾਇਆ ਸਹੀ ਗੱਲ ਆ ਯਾਰ ਇੱਕੋ ਦਮ ਪਤਾ ਨਹੀਂ ਕੀ ਹੋ ਗਿਆ ਉਹ ਤੇ ਤੁਸੀਂ ਦੇਖੇ ਹੋਣੇ ਗੱਡੀ ਕਿਵੇਂ ਨੰਗੀ ਇੱਕੋ ਦਮ ਬਸ ਉਹ ਬੰਦੇ ਜਿਹੜੇ ਆਪਾਂ ਨੂੰ ਮਿਲ ਗਏ ਸੀ ਪਤਾ ਨਹੀਂ ਯਾਰ ਕੀ ਚੱਕਰ ਪਿਆ ਵਾ ਦੇਖੋ ਇੱਕ ਤਾਂ ਦੀ ਬੈਟਰੀ ਨਹੀਂ ਚੱਲਦੀ ਨਾ ਹਰ ਵਾਰੀ ਦੇਖੋ ਆ ਵੀ ਇੱਕ ਨਵਾਂ ਚੱਕਰ ਪਿਆ ਹੈ ਨਾ ਤੇ ਦੂਜਾ ਇੱਕ ਵੀ ਨਹੀਂ ਵੱਜ ਰਹੀ ਹਾਂ ਕਿੱਕ ਨਹੀਂ ਵੱਜਦੀ ਤੇ ਕੀਤਾ ਹੀ ਪਵਾਇਆ ਸੀ ਘਟੋ ਘਟ 1000
ਹਜ਼ਾਰ ਦਾ ਪਵਾਈ ਉਹ ਗੈਪ ਹੀ ਹੋ ਗਿਆ ਇੱਕੋ ਦਮ ਹੀ ਗੈਪ ਹੋ ਗਿਆ ਸਮਝ ਹੀ ਨਹੀਂ ਆਈ ਕੱਲ ਪਵਾਈ ਯਾਰ ਦਾ ਬੜਾ ਬੂਟਰ ਯਾਰ ਆਪਾਂ ਪਾਰਕਿੰਗ ਲਾਉਂ ਦੇ ਦੇਖ ਬੜਾ ਆਪਾਂ ਕੱਲ ਪਰ ਚਲਾਇਆ ਵੀ ਕਿੰਨਾ ਪਰ ਜੀ ਚਲਾਇਆ ਵੀ ਕਿੱਥੇ ਆਪਾਂ ਕੱਲ ਇਦਾਂ ਵਾ ਸੇਫਟੀ ਰਹਿੰਦੀ ਆ ਤੇਲ ਤਾਂ ਵਿੱਚ ਨਿਕਲਦਾ ਵਾ ਤੇਲ ਤਾਂ ਹੈਗਾ ਦੇਖੋ ਐਵੇਂ ਪਤਾ ਵੀ ਨਹੀਂ ਨਾ ਹੁੰਦਾ ਹੁਣ ਬਾਹਰ ਖੜਾਇਆ ਵਾ ਵੀਰੇ ਕੋਈ ਕੱਢ ਵੀ ਸਕਦਾ ਪਰ ਯਾਰ ਉੱਥੇ ਲੱਗਦਾ ਤਾਂ ਨਹੀਂ ਵੀ ਗੁਰੂ ਘਰ ਕੋਈ ਇਦਾਂ ਕੱਢੂਗਾ ਬਈ ਅਸੀਂ ਨੀ ਕਹਿ ਰਹੇ ਵੀ ਕੱਢੂਗਾ ਅਸੀਂ ਬਿਲਕੁਲ ਨੀ ਕਹਿ ਰਹੇ ਬੂਟ ਚੱਕੇ ਆਉਂਦੇ ਆ ਸਹੀ ਗੱਲ ਤੇ ਤੇਲ ਇੰਨਾ ਮਹਿੰਗਾ ਵਾ ਫਿਰ ਨਹੀਂ ਕੱਢ ਸਕਦੇ ਕੋਈ ਪਤਾ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿਸੇ ਨੇ ਕੱਢਿਆ ਵਾ ਠੀਕ ਹੈ ਐਵੇਂ ਕੋਈ ਸਾਡੇ ਨਾਂ ਨਾ ਲਾਇਓ ਵੀ ਜਾਂ ਕੋਈ ਕਿਸੇ ਨੂੰ ਅਸੀਂ ਕਹਿ ਰਹੇ ਹੋਈਏ ਸਾਨੂੰ ਲੱਗਦਾ ਇਦਾਂ ਹੀ ਇਹ ਕਹਿ ਰਹੇ ਆ ਜੋ ਵੀ ਆ ਯਾਰ ਸਾਡਾ ਬਸ ਬੁਲਟ ਜਾਂਦੇ ਜਾਂਦੇ ਹੋ ਗਿਆ ਤੇ ਪਤਾ ਨਹੀਂ ਬਾਈ ਉਦੋਂ ਬਾਅਦ ਜਿਹੜੇ ਭਰਾ ਆਏ ਸੀਗੇ ਉਹਨਾਂ ਨੇ ਯਾਰ ਬਚਾ ਲਿਆ ਇੱਕ ਤਰ੍ਹਾਂ ਦਾ ਨਾ ਪੁੱਤਰ ਇੰਨੀ ਮਿਹਨਤ ਕੀਤੀ ਤੇ ਇੰਨਾ ਸਾਨੂੰ ਨਾਲ ਘਰੇ ਤੱਕ ਛੱਡ ਕੇ ਗਏ ਬਾਈ ਉਹਨਾਂ ਨੇ ਬੁਲਟ ਨੂੰ ਧੱਕਾ ਹਲਾਇਆ ਉਹਨਾਂ ਨੇ ਪੈਰ ਲਾ ਕੇ ਲੈ ਕੇ ਆਏ ਆ ਬੰਦਾ ਤਗੜਾ ਵੀ ਬੱਸ ਕਰ ਦੇਵੇ ਯਾਰ ਨਹੀਂ ਲੱਗਣਾ ਨਹੀਂਗਾ ਉਹਨਾਂ ਨੇ ਅੱਧੀ ਰਾਤ ਆਪਾਂ ਨੂੰ ਬਚਾਇਆ ਇੱਕ ਤਰ੍ਹਾਂ ਦਾ ਕਿਉਂਕਿ ਬਾਈ ਜਿਹੜਾ ਰੋਡ ਆ ਨਾ ਉੱਥੇ ਬਹੁਤ ਚੀਜ਼ਾਂ ਹੁੰਦੀਆਂ ਨੇ ਲੁੱਟਾਂ ਖੋਹਾਂ ਲਟਰਮ ਪਟਰਮ ਬਹੁਤ ਜ਼ਿਆਦਾ ਅਸੀਂ ਪਹਿਲਾਂ ਉਧਰੋਂ ਜਾਣਾ ਨਹੀਂ ਸੀਗਾ ਫਿਰ ਅਸੀਂ ਦੇਖਿਆ ਮਾੜਾ ਮਾੜਾ ਰੋਡ ਚੱਲ ਰਿਹਾ ਤਾਂ ਗਏ ਸੀ ਉਧਰੋਂ ਤੇ ਉੱਧਰ ਦੇਖਿਆ ਜਮਾਂ ਵਿਚਾਲੇ ਜਾ ਕੇ ਬੰਦ ਹੋ ਗਿਆ ਇਹ ਉਦੋਂ ਕੋਈ ਵੀ ਨਹੀਂ ਸੀ ਕੋਲੇ ਕੋਈ ਵੀ ਨਹੀਂ ਸੀ ਤੁਸੀਂ ਦੇਖਿਆ ਹੀ ਆ ਫਲੈਸ਼ ਕਰਕੇ ਮਾੜਾ ਮੋਟਾ ਦਿਖਦਾ ਸੀ ਵੀ ਚੱਲ ਕੋਈ ਹੈਗਾ ਜਾਂ ਮਾੜੇ ਮੋਟੇ ਬੂਟੇ ਬਾਟੇ ਦਿਖਦੇ ਸੀ ਫਲੈਸ਼ ਤੋਂ ਬਿਨਾਂ ਤਾਂ ਬਿਲਕੁਲ ਵੀ ਨ਀ ਦਿਖਦਾ ਸੀ ਹਨੇਰ ਘੁੱਪ ਸੀਗਾ ਬਾ ਉੱਥੇ ਬਿਲਕੁਲ ਹਨੇਰ ਘੁੱਪ ਉਹ ਬਾਹੀਆਂ ਦਾਦਾ ਬਾਈ ਮੈਂ ਬਾਈ ਬਾਈ ਧੰਨਵਾਦ ਕਰ ਰਿਹਾ ਬਾਈ ਧੰਨਵਾਦ ਤੁਹਾਡਾ ਯਾਰ ਤੁਸੀਂ ਆ ਗਏ ਟਾਈਮ ਸਿਰ ਬਾਕੀ ਉੱਥੇ ਬੋਹਿਆਂ ਨੇ ਮਿਲੇ ਵੀ ਨਾਲ ਸਾਰੇ ਯਾਰ ਬਹੁਤ ਵਧੀਆ ਲੱਗਿਆ ਅਤੇ ਅੱਜ ਅਰਦਾਸ ਕਰਕੇ ਆਏ ਹਾਂ ਸਾਰਿਆਂ ਲਈ ਤੁਹਾਡੇ ਲਈ ਵੀ ਤਾਂ ਵੀ ਬਹੁਤ ਵਧੀਆ ਲੱਗਿਆ ਅਤੇ ਆਉਂਦੇ ਹੋਏ ਅਸੀਂ ਉੱਥੇ ਮੇਰੇ ਖਿਆਲ ਨਾਲ ਇੱਕ ਗਲਤੀ ਕਰਤੀ ਹੁਣ ਅਸੀਂ ਮੱਥਾ ਟੇਕਿਆ ਨਾ ਫਟਫਟ ਪਕੌੜਿਆਂ ਵੱਲ ਨੂੰ ਬਾਈ ਇਹੀ ਗੱਲ ਗਲਤੀ ਹੋਈ ਆਪਣੇ ਪਕੌੜੇ ਅਸੀਂ ਬਹੁਤ ਲੱਭੇ ਐਂ ਪਰਿਕਰਮਾ ਕਰਕੇ ਆਏ ਲੱਭੇ ਲੱਭੇ ਨਹੀਂ ਸੀ ਫਿਰ ਕੋਈ ਲੱਭੇ ਸੀ ਉਹ ਖਾ ਕੇ ਨਾ ਫਟਾਫਟ ਆ ਗਏ ਪਰ ਸਵਾਦ ਬਹੁਤ ਲੱਗੇ ਯਾਰ ਸਵਾਦ ਬਹੁਤ ਸੀ ਉਹ ਜੇ ਉੱਦਾਂ ਲੈ ਕੇ ਖਾਂਦੇ ਫਿਰ ਨਹੀਂ ਸਵਾਦ ਲੱਗਣੇ ਨਹੀਂ ਸਵਾਦ ਲੱਗਣੇ ਅਤੇ ਆਉਂਦੇ ਹੋਏ ਆਹ ਕੰਮ ਹੋ ਗਿਆ ਯਾਰ ਚਲੋ ਯਾਰ ਕੋਈ ਨਹੀਂ ਹੁਣ ਕੀ ਕਹੀਏ ਜੋ ਹੋਣਾ ਸੀ ਹੋਣਾ ਹੀ ਸੀਗਾ ਅਤੇ ਯਾਰ ਬਸ ਕਿਵੇਂ ਲੱਗਿਆ ਵਲੋਗ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਵਲੋਗ ਹੋਰ ਦੇਖਣ ਲਈ ਬਾਕੀ ਆਪਾਂ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਟਿਲ ਦੈਨ ਪੀਸ ਆਊਟ ਵੈਸੇ ਮੈਂ ਗੱਲ ਸੋਚੀ ਜਿਵੇਂ ਆਪਾਂ ਕੱਲ੍ਹ ਕਹਿ ਰਹੇ ਸੀਗੇ ਵੀ ਆਪਣੇ ਨਾਲ ਇੱਦਾਂ ਹੋ ਗਿਆ ਉਹ ਸੇਮ ਚੀਜ਼ ਮੋਟਰਸਾਈਕਲ 'ਤੇ ਹੋਊਗੀ ਹੁਣ ਤਾਂ ਆਪਣੇ ਕੋਲ ਕੁਛ ਹੈ ਵੀ ਨਹੀਂ ਇੱਥੋਂ ਇਹ ਪਤਾ ਲੱਗਦਾ ਵੀ ਜੋ ਹੋਣਾ ਵਾ ਹੋ ਹੀ ਜਾਣਾ ਵਾ ਉਹਦਾ ਕੋਈ ਪਤਾ ਨਹੀਂ ਕਿਉਂ ਵੀ ਲੋਕ ਲਾ ਲੈਂਦਾ ਬੰਦਾ ਇਹਦਾ ਬੰਦਾ ਕੀ ਕਰੇ ਉਹ 1K47 ਰੱਖ ਲਓ ਕੋਲੇ ਜੋ ਹੋਣਾ ਹੋ ਹੀ ਜਾਣਾ ਸਾਡੇ ਟਾਈਮ 'ਚ ਤਾਂ ਕਿਉਂ ਵੀ ਬਿਲਕੁਲ।